بسم اللہ الرحمن الرحیم. السلام علیکم. ਅੱਜ ਦੀ ਗੱਲਾਂ ਮੰਡੀ ਗੋਦਰੇ ਅਪਡੇਟ ਲੈ ਕੇ ਦੋਸਤਾਂ ਦੇ ਸਾਹਮਣੇ ਹਾਜ਼ਰ ਹਾਂ. ਜਦੋਂ ਵੀ ਅਸੀਂ ਅਪਡੇਟ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਅਸੀਂ ਦੋਸਤਾਂ ਨੂੰ ਵੀਡੀਓ ਦਿਖਾਉਂਦੇ ਹੁੰਦੇ ਹਾਂ ਕਿ ਮੰਡੀ ਦੇ ਅੰਦਰ ਰਸ਼ ਦੇਖ ਲੈਣ, ਦੂਸਰਾ ਇਹ ਦੇਖ ਲੈਣ ਕਿ ਦੋਸਤ ਵੀ ਅੱਜ ਰਸ਼ ਜਿਹੜਾ ਵਾ ਜ਼ਿਆਦਾ ਕਿਹੜੀ ਜਿਨਸ ਦਾ, ਪਹਿਲਾਂ ਰਸ਼ ਆਪਾਂ ਨਜ਼ਰ ਮਾਰਦੇ ਹਾਂ. ਸਾਨੂੰ ਦੋਸਤਾਂ ਨੇ ਦੇਖਿਆ ਹੋਣਾ ਕਿ ਰਸ਼ ਜਿਹੜਾ ਅੱਜ ਪਹਿਲੇ ਤਿੰਨ ਚਾਰ ਦਿਨ ਜਿਹੜਾ ਮਕਈ ਦਾ ਰਸ਼ ਜਿਹੜਾ ਵਾ ਕਾਫੀ ਦੇਖਣ ਨੂੰ ਮਿਲਿਆ ਸੀ, ਲੇਕਿਨ ਅੱਜ ਜਿਹੜਾ ਵਾ ਮਕਈ ਦੇ ਨਾਲ ਨਾਲ ਗੰਦਮ ਦਾ ਰਸ਼ ਵੀ ਜਿਹੜਾ ਕਾਫੀ ਮੌਜੂਦ ਆ. ਦੋਨੇ ਚੀਜ਼ਾਂ ਦੀ ਜਿਨਸਾਂ ਬਹੁਤ ਜ਼ਿਆਦਾ ਆਈਆਂ, ਸਰੋਂ ਵੀ ਕਾਫੀ ਲੋਕਾਂ ਦੀ ਆਈ ਆ. ਹੁਣ ਅਸੀਂ ਸ਼ੇਅਰ ਕਰਦੇ ਹਾਂ ਮੌਸਮ ਮੱਕੀ ਤੋਂ. ਮੌਸਮ ਮੱਕੀ ਵਿਕੀ ਆ 1700 ਤੋਂ ਲੱਗ ਕੇ 2050 ਤੱਕ. ਇਸ ਤੋਂ ਬਾਅਦ ਬਹਾਰੀਆ ਮੱਕੀ ਐਲਾਨੇ ਆ, ਬਹਾਰੀਆ ਮੱਕੀ 1700 ਤੋਂ ਲੱਗ ਕੇ 1960 ਤੱਕ ਜਿਹੜੀ ਆ, ਲਾਸਟ 1960 ਤੱਕ ਜਿਹੜੀ ਆ ਲਾਸਟ ਮੱਕੀ ਜਿਹੜੀ ਆ ਉਹ ਵਿਕੀ ਆ. ਇਸ ਤੋਂ ਬਾਅਦ ਗੰਦਮ ਦੀ ਗੱਲ ਕਰਦੇ ਹਾਂ, ਗੰਦਮ ਜਿਹੜੀ ਆ 2560 ਤੋਂ ਲਾ ਕੇ 3000 ਤੱਕ ਚੰਗੀ ਜਿਹੜੀ ਆ ਸਾਫ਼ ਸੁਥਰੀ ਗੰਦਮ 3000 ਤੱਕ ਸੇਲ ਹੋਈ ਆ. ਅਗਰ ਗੱਲ ਕਰੀਏ ਬਾਜਰੇ ਦੀ, ਬਾਜਰਾ ਜਿਹੜਾ ਵਾ 2500 ਤੋਂ ਲਾ ਕੇ 2620 ਤੱਕ ਜਿਹੜਾ ਵਾ ਬਾਜਰਾ ਵੀ ਕਮ ਸਦਾ ਤੱਕ ਆ ਗਿਆ, 2700-2250 ਤੱਕ ਲਿਆ ਵਾ, ਲੇਕਿਨ ਅੱਜ ਜਿਹੜਾ ਵਾ 2620 ਤੱਕ ਜਿਹੜਾ ਬਾਜਰਾ ਵਿਕਿਆ. ਹੁਣ ਗੱਲ ਕਰਦੇ ਹਾਂ ਸਰੋਂ ਦੀ, ਸਰੋਂ ਜਿਹੜੀ ਆ 6000 ਤੋਂ ਲੱਗ ਕੇ 6400 ਤੱਕ ਜਿਹੜੀ ਆ ਉਹ ਮੰਡੀ ਦੇ ਅੰਦਰ ਸਰੋਂ ਸੇਲ ਹੋਈ ਆ. ਅਗਰ ਗੱਲ ਕਰੀਏ ਲਾਲਚਰੀ ਦੀ, ਲਾਲਚਰੀ 4000 ਤੋਂ ਲੱਗ ਕੇ 4500 ਤੱਕ ਲਾਲਚਰੀ ਵਿਕੀ ਆ. ਇਸ ਤੋਂ ਬਾਅਦ ਸਫੇਦ ਚਰੀ ਦੀ ਗੱਲ ਕਰਾਂਗੇ, ਸਫੇਦ ਚਰੀ ਜਿਹੜੀ 2500 ਤੋਂ ਲੱਗ ਕੇ 2830 ਤੱਕ ਜਿਹੜੀ ਆ, ਬਲਕਿ 1250 ਤੱਕ ਵਿਕੀ ਆ. ਇਸ ਤੋਂ ਬਾਅਦ ਆਉਂਦੇ ਗੋੜਾ, ਗੁੜ ਜਿਹੜਾ 4000 ਤੋਂ ਲੱਗ ਕੇ 4600 ਤੱਕ 4700 ਤੱਕ ਜਿਹੜਾ ਵਾ ਚੰਗਾ ਗੁੜ ਜਿਹੜਾ ਵਾ ਮੰਡੀ ਦਾ ਸੇਲ ਹੋਇਆ. ਬਾਕੀ ਦੋ ਸਾਡੇ ਜਿਹੜੇ ਆ ਸਰੋਂ ਵੀ ਕਾਫੀ ਲੈ ਕੇ ਆਏ ਨੇ ਅੱਜ, ਕਾਫੀ ਸਰੋਂ ਜਿਹੜੀ ਲੋਕਾਂ ਨੇ ਪਿਛਲੇ ਸਾਲ ਦੀ ਰੱਖੀ ਸੀ ਉਹ ਪਰੇਸ਼ਾਨ ਨਾ ਉਮੀਦ ਹੋ ਕੇ ਲੈ ਕੇ ਆ ਰਹੇ ਨੇ ਕਿ ਰੇਟ ਨਹੀਂ ਵਧਣਾ. ਜਿੰਨੇ ਵੀ ਰੇਟ ਹੈ 4400-5500 ਤੱਕ ਸਿੱਟਣ ਨੂੰ ਕਰ ਰਹੇ ਆ, ਕਿਸੇ ਤਰੀਕੇ ਨਾਲ ਸਾਡੀ ਜਿਨਸਾਂ ਨਿਕਲ ਜਾਣ, ਇਹ ਤੋਂ ਨੀਚੇ ਨਾ ਜਾਣ. ਇਸ ਤੋਂ ਬਾਅਦ ਜੰਤਰ ਦੀ ਗੱਲ ਕਰਾਂਗੇ, ਜੰਤਰ ਜਿਹੜਾ ਵਾ ਉਹ 4400 ਤੋਂ 4500-4700 ਤੱਕ ਜਿਹੜਾ ਵਾ ਉਹ ਮੰਡੀ ਦੇ ਅੰਦਰ ਜੰਤਰ ਸੇਲ ਹੋਇਆ. ਇਸ ਤੋਂ ਬਾਅਦ ਪੀਲੀ ਸਰੋਂ ਦੀ ਗੱਲ ਕਰਦੇ ਹਾਂ, ਪੀਲੀ ਸਰੋਂ 6500 ਤੋਂ ਲੱਗ ਕੇ 7100 ਲਾਸਟ ਜਿਹੜੀ ਆ 7100 ਤੱਕ ਜਿਹੜੀ ਆ ਉਹ ਪੀਲੀ ਸਰੋਂ ਸੇਲ ਹੋਈ ਆ. ਹੁਣ ਗੱਲ ਕਰਾਂਗੇ ਐਂਡ 'ਤੇ ਤਿੱਲੀ ਦੀ, ਤਿੱਲੀ ਦਾ ਰੇਟ ਜਿਹੜਾ ਥੱਲੇ ਆ ਰਿਹਾ ਵਾ ਦਿਨ ਬ ਦਿਨ. ਅੱਜ ਜਿਹੜੀ ਤਿੱਲੀ ਵਿਕੀ ਆ 14000 ਤੋਂ ਲੱਗ ਕੇ 15800 ਤੱਕ ਜਿਹੜੀ ਆ ਉਹ ਤਿੱਲੀ ਵਿਕੀ ਆ. ਬਾਕੀ ਦੋਸਤਾਂ ਅੱਗੇ ਅਸੀਂ ਗੱਲ ਕਰਾਂਗੇ ਕਿ ਤਿੱਲੀ ਜਿਹੜੀ ਆ ਉਹ ਨਹੀਂ ਰੱਖਣੀ ਚਾਹੀਦੀ, ਹੁਣ ਸਿੱਟ ਦੇਣੀ ਚਾਹੀਦੀ ਆ, ਕਾਫੀ ਰੇਟ ਅੱਛਾ ਵਾ. ਕਿਉਂਕਿ ਅੱਜ ਅਸੀਂ ਕੁਮਾਲੀ ਦੀ ਸਾਈਡ 'ਤੇ ਵੀ ਗਏ ਹਾਂ, ਮਰੀਦ ਵਾਲੇ ਮੂੰਗੀ ਮੰਗਲੇ ਗਏ, ਗੋਜਰੀ ਦੀ ਗੱਲ ਕਰੀਏ ਬਹੁਤ ਜ਼ਿਆਦਾ ਜਿਹੜੀ ਤਿੱਲੀ ਲੱਗੀ ਆ ਅਤੇ ਹਰੇ ਵੀ ਲੱਗ ਰਹੀ ਆ, ਕਾਫੀ ਤਿੱਲੀ ਲੱਗੀ ਆ. ਗੋਜਰੀ ਦੀ ਗੱਲ ਕਰਦੇ ਹਾਂ, ਬਾਕੀ ਇਲਾਕੇ ਦੀ ਗੱਲ ਕਰਾਂਗੇ. ਬਾਕੀ ਇਹ ਸੀ ਅੱਜ ਦੀ ਵੀਡੀਓ ਜਿਹੜੀ ਦੋਸਤਾਂ ਤੱਕ ਬਣਾਈ ਆ. ਬਾਕੀ ਕੱਲ੍ਹ ਦੀ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ. ਸ਼ੁਕਰੀਆ, ਅੱਲਾ ਹਾਫਿਜ਼.